ਆਪਣਾ ਸਾਂਝਾ ਪੰਜਾਬ ਟੀਵੀ ਤੇ ਦੋਸਤੋ ਤੁਹਾਡਾ ਸਵਾਗਤ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਸਬੰਧ ਵਿੱਚ ਬਹੁਤ ਸਾਰੇ ਲੋਕਾਂ ਨੇ ਕਮੈਂਟਸ ਵੀ ਕੀਤੇ ਹੈਗੇ ਨੇ ਔਰ ਬਹੁਤ ਸਾਰੇ ਲੋਕਾਂ ਨੇ ਪੋਸਟਾਂ ਵੀ ਸਾਂਝੀਆਂ ਕੀਤੀਆਂ ਨੇ ਵੀਡੀਓ ਕੀ ਹੈਗੀ ਪਹਿਲਾਂ ਤੁਹਾਨੂੰ ਉਹਦੇ ਬਾਰੇ ਦੱਸ ਦਿੰਨਾ ਗਾਇਕ ਇੰਦਰਜੀਤ ਨਿੱਕੂ ਇੰਦਰਜੀਤ ਨਿੱਕੂ ਨੂੰ ਜਿਹੜੇ ਬਹੁਤ ਹੀ ਪੁਰਾਣੇ ਸਮੇਂ ਤੋਂ ਜਾਣਦੇ ਨੇ ਮੈਨੂੰ ਯਾਦ ਆ ਕਿ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਇੰਦਰਜੀਤ ਨਿੱਕੂ ਜਦੋਂ ਨਵਾਂ ਨਵਾਂ ਗਾਇਕ ਬਣਿਆ ਸੀਗਾ ਤੇ ਇੰਦਰਜੀਤ ਨਿੱਕੂ ਨੇ ਆਪਣੇ ਸਿਰ ਦੇ ਉੱਪਰ ਜਿਹੜੀ ਪੱਗ ਬੰਨੀ ਹੁੰਦੀ ਸੀਗੀ ਨਾ ਬਾ ਕਮਾਲ ਹੁੰਦੀ ਸੀਗੀ ਔਰ ਮੈਨੂੰ ਯਾਦ ਆ ਕਿ ਇੰਦਰਜੀਤ ਨਿੱਕੂ ਦੀ ਪੱਗ ਵੇਖ ਕੇ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਉਹਨਾਂ ਸਮੇਂ ਦੇ ਵਿੱਚ ਉਹਨਾਂ ਦੇ ਅੰਦਰ ਚਾਹ ਹੁੰਦਾ ਸੀਗਾ ਕਿ ਅਸੀਂ ਵੀ ਪੱਗ ਜੇ ਬੰਨੀਏ ਨਾ ਸਿਰ ਦੇ ਉੱਪਰ ਤਾਂ ਇੰਦਰਜੀਤ ਨਿੱਕੂ ਵਰਗੀ ਪੱਗ ਹੋਵੇ ਇੰਨਾ ਚਾਹ ਹੁੰਦਾ ਸੀਗਾ ਇੰਨੀ ਵਧੀਆ ਇੰਦਰਜੀਤ ਨਿੱਕੂ ਆਪਣੇ ਸਿਰ ਦੇ ਉੱਪਰ ਪੱਗ ਬੰਨਦਾ ਹੁੰਦਾ ਸੀਗਾ ਹੁਣ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਆ ਉਹ ਵੀਡੀਓ ਤੁਸੀਂ ਸਾਰੇ ਆਲੇ तकरीबन तकरीबन ਬਹੁਤਿਆਂ ਨੇ ਦੇਖ ਲਈ ਹੋਣੀ ਆ ਕਈਆਂ ਨੇ ਜਿਹੜਾ ਨਹੀਂ ਦੇਖੀ ਉਹਨਾਂ ਨੂੰ ਮੈਂ ਦੱਸ ਦਿੰਨਾ ਕਿ ਵੀਡੀਓ ਦੇ ਵਿੱਚ ਹੈ ਕੀ ਆ ਗਾਇਕ ਇੰਦਰਜੀਤ ਨਿੱਕੂ ਜਦੋਂ ਹੋਰ ਬਹੁਤ ਸਾਰੇ ਲੋਕ ਜਿਹੜੇ ਇੱਕ ਅਕਾਲ ਪੁਰਖ ਨਾਲੇ ਟੁੱਟੇ ਹੋਏ ਆ ਜਾਂ ਗੁਰਬਾਣੀ ਨਾਲੋਂ ਟੁੱਟ ਗਏ ਹੈਗੇ ਆ ਉਹ ਵੱਖ-ਵੱਖ ਡੇਰਿਆਂ ਦੇ ਉੱਪਰ ਜਦੋਂ ਕੋਈ ਤਕਲੀਫ ਹੁੰਦੀ ਆ ਉੱਥੇ ਜਾ ਕੇ ਆਪਣੇ ਨੱਕ ਰਗੜਦੇ ਆ ਉਹਨਾਂ ਦੇ ਸਿਰ ਦੇ ਉੱਪਰ ਜਿਹੜੀ ਪੱਗ ਬੰਨੀ ਹੁੰਦੀ ਆ ਉਹਦੀ ਵੀ ਫੇ ਪ੍ਰਵਾਹ ਨਹੀਂ ਕਰਦੇ ਹੈਗੇ ਉਹ ਪੱਗ ਲੈ ਕੇ ਵੀ ਉੱਥੇ ਪਹੁੰਚ ਜਾਂਦੇ ਆ ਕਿ ਬਾਬਾ ਜੀ ਕਿਰਪਾ ਕਰ ਦਿਓ ਸਾਡੇ ਤੇ ਸਾਡੇ ਉੱਤੇ ਦੁੱਖਾਂ ਅਤੇ ਤਕਲੀਫਾਂ ਦਾ ਪਹਾੜ ਟੁੱਟ ਗਿਆ ਹੈਗਾ ਵੀ ਤੁਸੀਂ ਸਾਡੇ ਤੇ ਕਿਰਪਾ ਕਰਦੇ ਹੋ ਸੋ ਇਦਾਂ ਦੀਆਂ ਫਰਿਆਦਾਂ ਲੈ ਕੇ ਫਿਰ ਲੋਕ ਉਹਨਾਂ ਬਾਬਿਆਂ ਦੇ ਡੇਰਿਆਂ ਦੇ ਉੱਪਰ ਜਾਂਦੇ ਆ ਜਿਹੜੇ ਬਾਬੇ ਆਪ ਜਿਹੜੇ ਬਾਬੇ ਖੁਦ ਦੂਜਿਆਂ ਦੀਆਂ ਜੇਬਾਂ ਦੇ ਸਿਰੋਂ ਪੜਦੇ ਨੇ ਆਪਣਾ ਘਰ-ਬਾਰ ਚਲਾਉਂਦੇ ਆ ਤੇ ਆਪਦੇ ਪਰਿਵਾਰ ਪਾਲਦੇ ਆ ਹੁਣ ਇੰਦਰਜੀਤ ਨਿੱਕੂ ਗਿਆ ਕਿੱਥੇ ਸੀਗਾ ਪਹਿਲਾਂ ਥੋੜੀ ਜਿਹੀ ਉਹ ਗੱਲ ਕਰ ਲੈਨੇ ਆ ਮੈਂ ਬੇਨਤੀ ਕਰਾਂ ਕਿ ਬਹੁਤ ਸਾਰੇ ਅਦਾਰਿਆਂ ਨੇ ਆਮ ਲੋਕਾਂ ਨੇ ਪੋਸਟਾਂ ਸਾਂਝੀਆਂ ਕਰਤੀਆਂ ਖਬਰ ਸਾਂਝੀ ਕਰਤੀ ਆ ਵੀ ਹੋਇਆ ਕੀ ਹੈਗਾ ਆ ਪਰ ਜਿਹੜੀ ਇੱਕ ਹੋਰ ਖਾਸ ਤੇ ਮਹੱਤਵਪੂਰਨ ਗੱਲ ਮੈਂ ਕਰਨ ਵਾਸਤੇ ਤੁਹਾਡੇ ਰੂਬਰੂ ਹੋਇਆ ਮੇਰੀ ਇੱਛਾ ਹੈ ਕਿ ਉਹ ਆਪਾਂ ਜ਼ਰੂਰ ਕਰੀਏ ਕਿਉਂਕਿ ਉਹ ਕੱਲੇ ਇੰਦਰਜੀਤ ਨਿੱਕੂ ਦੇ ਨਾਲ ਸੰਬੰਧਤ ਨਹੀਂ ਹੈ ਉਹ ਸਾਡੇ ਸਾਰਿਆਂ ਦੇ ਨਾਲ ਸੰਬੰਧਤ ਹੈ ਉਹ ਗੱਲ ਜਿਹੜੀ ਖਾਸ ਗੱਲ ਮੈਂ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ ਇੰਦਰਜੀਤ ਨਿੱਕੂ ਜਿਹੜਾ ਕਿ ਬਾਗੇਸ਼ਵਰ धाम ਉੱਤਰਾਖੰਡ ਦੇ ਵਿੱਚ ਪਹੁੰਚਦਾ ਹੈਗਾ ਉੱਥੇ ਇੱਕ ਡੇਰਾ ਹੈਗਾ ਬਾਬੇ ਦਾ ਬਾਬਾ ਵੀ ਵੇਖਣ ਨੂੰ ਨੌਜਵਾਨ ਜਿਹਾ ਲੱਗਦਾ ਹੈਗਾ ਤੇ ਉਹਦੇ ਡੇਰੇ ਤੇ ਜਾ ਕੇ ਪਹੁੰਚਦਾ ਤੇ ਉੱਥੇ ਜਾ ਕੇ ਜਦੋਂ ਵੀਡੀਓ ਆਪਾਂ ਦੇਖਦੇ ਆ ਨਾ ਤਾਂ ਉਹਦੇ ਵਿੱਚੋਂ ਸਾਨੂੰ ਵੇਖ ਕੇ ਪਤਾ ਲੱਗਦਾ ਕਿ ਇੰਦਰਜੀਤ ਨਿੱਕੂ ਹਰੀ ਤਿੰਨ ਸਮੱਸਿਆਵਾਂ ਲੈ ਕੇ ਜਾਂਦੇ ਆ ਉੱਥੇ ਪਹਿਲੀ ਸਮੱਸਿਆ ਉਹਨਾਂ ਦੀ ਹੈਗੀ ਅੱਜ ਕਹਿੰਦੇ ਵੀ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਹੈਗੀ ਤਣਾਜ ਆ ਬਣਿਆ ਰਹਿੰਦਾ ਹੈਗਾ ਤੇ ਦੂਜੀ ਸਮੱਸਿਆ ਹੈਗੀ ਆ ਪੈਸਿਆਂ ਦੀ ਤੰਗੀ ਚੱਲ ਰਹੀ ਹੈਗੀ ਆ ਤੇ ਸਿਰ ਦੇ ਉੱਪਰ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ ਹੈਗਾ ਇੱਕ ਇਹ ਗੱਲ ਹੋ ਗਈ ਆ ਤੀਜੀ ਗੱਲ ਹੈਗੀ ਆ ਭਈ ਜਿਹੜੇ ਗਾਇਕੀ ਦੇ ਪ੍ਰੋਗਰਾਮ ਹੈਗੇ ਨੇ ਕਿਉਂਕਿ ਉਹ ਗਾਇਕ ਹੈ ਇੰਦਰਜੀਤ ਨਿੱਕੂ ਭਈ ਗਾਇਕੀ ਦੇ ਪ੍ਰੋਗਰਾਮ ਨਹੀਂ ਅੱਜ ਕੱਲ੍ਹ ਲੱਗਦੇ ਇਸ ਕਰਕੇ ਬਹੁਤ ਜ਼ਿਆਦਾ ਤੰਗੀ ਹੋਈ ਪਈ ਆ ਤੇ ਕੰਮ ਮੇਰਾ ਬੰਦ ਹੈਗਾ ਇਹ ਤਿੰਨ ਸਮੱਸਿਆਵਾਂ ਨੇ ਅੱਗੋਂ ਬਾਬਾ ਜੀ ਕੀ ਕਹਿੰਦੇ ਹੈਗੇ ਆ ਜਿਵੇਂ ਅਕਸਰ ਹੀ ਹੁੰਦਾ ਹੈਗਾ ਬਾਬਾ ਜੀ ਕਹਿੰਦੇ ਵੀ ਕੁਝ ਗੱਲਾਂ ਤੇ ਜਿਹੜੀਆਂ ਆਪਾਂ ਮਾਈਕ ਦੇ ਉੱਤੇ ਇੱਕ ਦੂਜੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਲੋਕ ਵੀ ਸੁਣ ਰਹੇ ਆ ਇੱਕ ਤੇ ਹੋ ਗਈ ਉਹ ਗੱਲ ਇੱਕ ਅੱਧੀ ਗੱਲ ਕਹਿੰਦੇ ਐਦਾਂ ਦੀ ਆ ਜਿਹੜੀ ਵੱਖਰੇ ਤੌਰ ਤੇ ਨਾ ਮੈਂ ਤੈਨੂੰ ਦੱਸੂਗਾ ਤੇ ਉਹ ਗੱਲ ਜਿਹੜੀ ਹੈਗੀ ਆ ਜਾਂ ਉਹ ਮੇਰਾ ਨੁਸਖਾ ਜਿਹੜਾ ਮੈਂ ਦੇਣਾ ਹੈਗਾ ਉਹ ਵੀ ਆਪਣਾਉਣਾ ਹੈਗਾ ਕਿਰਪਾ ਵਰਸਣੀ ਸ਼ੁਰੂ ਹੋ ਜਾਊਗੀ ਸੋ ਬਾਬੇ ਨੇ ਵੀ ਅਸ਼ੀਰਵਾਦ ਦਿੱਤਾ ਵੀ ਕਿਰਪਾ ਹੁਣੀ ਸ਼ੁਰੂ ਹੋ ਜਾਊਗੀ ਲਹਿਰਾਂ ਬਹਿਰਾਂ ਹੋ ਜਾਣਗੀਆਂ ਤੇ ਸਾਰਾ ਹੀ ਕੁਝ ਆਉਂਦੇ ਸਮੇਂ ਦੇ ਵਿੱਚ ਵਧੀਆ ਹੋ ਜਾਊਗਾ ਹੁਣ ਗਾਇਕ ਇੰਦਰਜੀਤ ਨੂੰ ਕੁਗੋ ਪੁੱਛਦਿਆ ਵੀ ਕਿੰਨੇ ਕ ਸਮੇਂ ਚ ਸਾਰਾ ਕੁਝ ਵਧੀਆ ਹੋ ਜਾਊਗਾ ਜਲਦੀ ਹੀ ਕਹਿੰਦੇ ਹੋ ਜਾਊਗਾ ਚਲੋ ਇੰਦਰਜੀਤ ਨੂੰ ਕੁਹਰੀ ਭਾਵਕ ਹੋ ਗਏ ਵੀਡੀਓ ਦੇਖ ਕੇ ਪਤਾ ਲੱਗਦਾ ਕਿ ਉਹਨਾਂ ਨੇ ਆਪਣੀਆਂ ਅੱਖਾਂ ਵੀ ਧਮਲੀਆਂ ਰੋਣਾ ਜਿਹਾ ਆ ਗਿਆ ਉਹਨਾਂ ਨੂੰ ਸੋ ਬਹੁਤ ਸਾਰੇ ਲੋਕ ਹੁਣ ਕਮੈਂਟ ਕਰ ਰਹੇ ਹੈਗੇ ਆ ਵੀ ਨਿੱਕੂ ਉੱਥੇ ਗਿਆ ਹੈਗਾ ਦੇਖੋ ਜੀ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੋ ਗਈ ਇਹ ਤਾਂ ਨਹੀਂ ਸੀ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਇਦਾਂ ਦੀਆਂ ਗੱਲਾਂ ਵੀ ਕਰ ਰਹੇ ਹੈਗੇ ਆ ਕਿ ਨਹੀਂ ਸਾਨੂੰ ਇੰਦਰਜੀਤ ਨਿੱਕੂ ਦੇ ਨਾਲ ਦਿਲੋਂ ਹਮਦਰਦੀ ਆ ਵੀ ਜਦੋਂ ਕਈ ਵਾਰੀ ਬੰਗਾ ਬੰਦਾ ਔਖਾ ਹੁੰਦਾ ਨਾ ਤੇ ਉਸ ਵੇਲੇ ਘਬੜਿਆ ਹੋਇਆ ਬੰਦਾ ਜਾਂ ਮੁਸ਼ਕਲਾਂ ਦੇ ਵਿੱਚ ਕਿਰਿਆ ਹੋਇਆ ਬੰਦਾ ਔਰ ਪੌੜ ਕਰਦਾ ਹੈਗਾ ਛੱਤੀ ਔਰ ਉਸ ਤੋਂ ਬਾਅਦ ਫਿਰ ਜਦੋਂ ਉਹਨੂੰ ਲੱਗਦਾ ਕਿ ਫਲਾਣੇ ਬਾਬਾ ਜੀ ਕੋਈ ਕਿਰਪਾ ਕਰ ਸਕਦੇ ਆ ਵੀ ਪਹਿਲਾਂ ਵੀ ਕਿਸੇ ਨੇ ਦੱਸਿਆ ਸੀਗਾ ਸਾਡੇ ਆਣ ਗਵਣ ਸਾਡੇ ਗਲੀ ਮੁਹੱਲੇ ਪਿੰਡ ਦੇ ਨੇ ਵੀ ਉਹ ਕਹਿੰਦੇ ਸੀ ਸਾਡੇ ਤੇ ਵੀ ਸਮੱਸਿਆ ਆ ਗਈ ਸੀ ਤੇ ਫਲਾਣੇ ਬਾਬੇ ਦੇ ਕੋਲ ਗਏ ਸੀ ਤੇ ਬਾਬੇ ਨੇ ਸਾਡੇ ਦੇ ਕਿਰਪਾ ਕਰਤੇ ਸੀ ਬਾਬੇ ਨੇ ਬਚਨ ਕਰਤਾ ਸੀਗਾ ਤੇ ਬਸ ਉਤੋਂ ਬਾਅਦ ਫਿਰ ਬਾਰੇ ਨਿਆਰੇ ਹੋ ਗਏ ਸੀਗੇ ਤੇ ਲਹਿਰਾਂ ਬਿਆਰਾ ਹੋ ਗਈਆਂ ਸੀਗੀਆਂ ਸੋ ਕਈ ਵਾਰ ਐਦਾਂ ਬੰਦਾ ਨਾ ਡੋਲ ਵੀ ਜਾਂਦਾ ਹੈਗਾ ਮੈਂ ਜਿਵੇਂ ਪਹਿਲਾਂ ਕਹਿ ਸਕਿਆ ਕਿ ਮੈਂ ਖਾਸ ਗੱਲ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ ਉਹੀ ਗੱਲ ਮੈਂ ਜੜੀਆ ਮਹੱਤਵਪੂਰਨ ਕਰਨੀ ਆ ਜੜੀ ਕਿ ਤੁਹਾਡੇ ਤੇ ਵੀ ਲਾਗੂ ਹੁੰਦੀ ਆ ਸਾਡੇ ਸਾਰੇ ਸਮਾਜ ਦੇ ਉੱਪਰ ਲਾਗੂ ਹੁੰਦੀ ਆ ਖਾਸ ਕਰਕੇ ਜਿਨ੍ਹਾਂ ਨੇ ਸਿਰਾਂ ਦੇ ਉੱਪਰ ਪੱਗਾ ਬੰਨੀਆਂ ਹੋਈਆਂ ਅਸੀਂ ਪੱਗਾਂ ਵਾਲੇ ਸਰਦਾਰ ਸਮੇਤ ਮੇਰੇ ਸਾਡੇ ਸਾਰਿਆਂ ਤੇ ਲਾਗੂ ਹੁੰਦੀ ਆ ਉਹ ਗੱਲ ਕਰਨ ਤੋਂ ਪਹਿਲਾਂ ਗੁਰਬਾਣੀ ਦੇ ਵਿੱਚ ਕੁਝ ਹਵਾਲੇ ਦਿੱਤੇ ਗਏ ਨੇ ਆਪਾਂ ਉੱਥੋਂ ਗੱਲ ਸ਼ੁਰੂ ਕਰਦੇ ਆ ਗੁਰਬਾਣੀ ਦੀ ਕਿਉਂਕਿ ਵਿੱਚ ਪਹਿਲਾਂ ਗੁਰਬਾਣੀ ਦਾ ਮੈਂ ਜ਼ਿਕਰ ਕਰਹਾਟਿਆਂ ਕਿ ਜਿਹੜੇ ਲੋਕ ਗੁਰਬਾਣੀ ਤੋਂ ਟੁੱਟ ਜਾਂਦੇ ਆ ਜਾਂ ਪ੍ਰਮਾਤਮਾ ਤੋਂ ਟੁੱਟ ਜਾਂਦੇ ਹੈਗੇ ਆ ਉਹ ਫਿਰ ਦੁੱਖ ਤਕਲੀਫਾਂ ਜਦੋਂ ਆਉਂਦੀਆਂ ਤੇ ਉਸ ਵੇਲੇ ਫਿਰ ਉਹ ਏਦਾਂ ਭਟਕ ਜਾਂਦੇ ਆ ਜਾਂ ਗੁੰਮਰਾਹ ਹੋ ਜਾਂਦੇ ਆ ਬੱਸ ਸਰ ਲੋਕ ਜਿਦਾ ਮੈਂ ਪਹਿਲਾਂ ਆਖਿਆ ਕਿ ਸੋਸ਼ਲ ਮੀਡੀਆ ਤੇ ਅਸੀਂ ਦਰਦੀ ਵੀ ਪ੍ਰਗਟਾ ਰਹੇ ਆ ਕਿ ਜੇ ਉਹ ਤੰਗੀ ਤੁਰਸ਼ੀ ਕਰਕੇ ਚਲੇ ਗਿਆ ਹੈਗਾ ਤਾਂ ਕੋਈ ਅੱਡੀ ਗੱਲ ਨਹੀਂ ਹੈ ਕਿ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਸਾਨੂੰ ਉਹਨੂੰ ਹੌਸਲਾ ਦੇਣਾ ਚਾਹੀਦਾ ਹੁਣ ਬਾਕੀ ਇੱਕ ਗੱਲ ਹੋਰ ਵੀ ਹੈਗੀ ਆ ਕਈ ਵਾਰ ਨਾ ਆਪਾਂ ਜਦੋਂ ਟਿੱਕਾ ਟਿੱਪਣੀਆਂ ਕਰਦੇ ਹੈਗੇ ਆ ਜੇ ਕੋ ਡੋਲ ਗਿਆ ਤਾਂ ਮੇਰੇ ਵਰਗਾ ਉਹ ਨਾ ਫਿਰ ਪੋਸਟਾਂ ਸ਼ੇਅਰ ਕਰਦਾ ਹੈਗਾ ਲੈ ਡੋਲ ਗਿਆ ਲੈ ਡੋਲ ਗਿਆ ਉਹ ਫੜ ਲਓ ਢਾਲੋ ਲੰਮੇ ਪਾ ਲਓ ਆ ਦੇਖੋ ਇਹਨੇ ਕੀ ਕਰ ਦਿੱਤਾ ਮੈਂ ਬੇਨਤੀ ਕਰਾਂ ਜਦੋਂ ਮੈਂ ਵੀਡੀਓ ਦੇਖੀ ਨਾ ਮੈਨੂੰ ਪਹਿਲਾਂ ਨਹੀਂ ਸੀ ਪਤਾ ਵੀ ਅੰਦਰਜੀਤ ਨਿੱਕੂ ਨੇ ਸਿਰੋਂ ਵਾਲ ਕੱਟੇ ਹੋਏ ਐ ਕਿਉਂਕਿ ਸ਼ੁਰੂ ਤੋਂ ਜਦੋਂ ਨਿੱਕ-ਨਿੱਕੇ ਹੁੰਦੇ ਸੀ ਗਾਣੇ ਸੁਣਦੇ ਹੁੰਨੇ ਸੀਗੇ ਤੇ ਉਦੋਂ ਸਿਰ ਦੇ ਉੱਪਰ ਪੱਗ ਬੰਨੀ ਹੋਈ ਦੇਖੀ ਆ ਜਲੰਧਰ ਦੂਰਦਰਸ਼ਨ ਤੋਂ ਪ੍ਰੋਗਰਾਮ ਆਉਂਦੇ ਹੁੰਦੇ ਸੀਗੇ ਨਵੇਂ ਸਾਲ ਦੇ ਜਾਂ ਕੋਈ ਹੋਰ ਅਜਿਹਾ ਪ੍ਰੋਗਰਾਮ ਚੱਲਦੇ ਹੁੰਦੇ ਜਲੰਧਰ ਦੂਰਦਰਸ਼ਨ ਹੁੰਦਾ ਸੀ ਉਦੋਂ ਜਦੋਂ ਅਸੀਂ ਨਿੱਕ-ਨਿੱਕੇ ਹੁੰਦੇ ਸੀਗੇ ਤੇ ਪੱਗ ਬੰਨੀ ਹੋਈ ਦੇਖੀ ਆਪਾਂ ਅੰਦਰਜੀਤ ਨਿੱਕੂ ਦੇ ਸਿਰ ਦੇ ਉੱਪਰ ਹੁਣ ਵਾਹਿਗੁਰੂ ਜਾਣੇ ਪਈ ਹੁਣ ਬਾਅਦ ਵਿੱਚ ਮੋਨਾ ਹੋਇਆ ਸਿਰੋ ਕਿ ਪਹਿਲਾਂ ਹੀ ਸੀ ਗੁਰਬਾਣੀ ਦੀ ਮੈਂ ਗੱਲ ਕਰਦਾ ਭਗਤ ਕਬੀਰ ਜੀ ਦਾ ਸ਼ਬਦ ਹੈ ਭਗਤ ਕਬੀਰ ਜੀ ਕਹਿੰਦੇ ਅਜਹੁ ਸੁਨਾਉ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਏ ਵੀ ਜਿਹੜੀ ਸਾਡੀ ਨਾਮ ਦਾ ਭਾਵ ਹੁੰਦਾ 베ੜੀ ਜਿਹੜੀ ਸਾਡੀ 베ੜੀ ਆ ਨਾ ਜ਼ਿੰਦਗੀ ਦੀ ਉਹ ਹੱਲੇ ਸਮੁੰਦਰ ਦੇ ਵਿੱਚ ਹੀ ਤੁਰੇ ਫਿਰਦੀ ਆ ਕਿਆ ਜਾਨੂ ਕਿਆ ਹੋਏ ਪਤਾ ਨਹੀਂ ਹੈਗਾ ਵੀ ਹੁਣਾਂ ਕੀ ਹੈਗਾ ਹੋ ਸਕਦਾ ਸਾਡੀ 베ੜੀ ਡੁੱਬ ਜਾਵੇ ਹੋ ਸਕਦਾ ਸਾਡੀ 베ੜੀ ਕਿਸੇ ਪਾਰ ਪਤਨ ਲੱਗ ਜਾਵੇ ਮੈਂ ਇਸ ਕਰਕੇ ਕਈ ਵਾਰ ਡਰਦਾ ਹੁੰਨਾ ਵੀ ਜਦੋਂ ਕਿਸੇ ਨੂੰ ਨਾ ਆਪਾਂ ਕੁਝ ਕਹਿਣਾ ਹੈਗਾ ਤੂੰ ਐਦਾਂ ਹੋ ਗਿਆ ਤੇਰੀ ਜਮੀਰ ਮਰ ਗਈ ਤੂੰ ਮੁੱਕ ਗਿਆ ਤੂੰ ਫਲਾਨਾ ਹੋ ਗਿਆ ਟਮਕਰਨਾ ਹੋ ਗਿਆ ਸਾਡਾ ਪਤਾ ਨਹੀਂ ਹੈਗਾ ਅੱਜ ਇੱਥੇ ਟਣਕਾ ਕੇ ਗੱਲ ਕਰਦੇ ਪਏ ਆ ਕੱਲ ਨੂੰ ਕੋਈ ਪਤਾ ਨਹੀਂ ਹੈਗਾ ਵੀ ਕਿਦਾਂ ਦੇ ਹਾਲਾਤ ਬਣ ਜਣੇ ਆ ਅਰਦਾਸ ਜ਼ਰੂਰ ਕਰਦੇ ਆ ਕਿ ਆਕਾਲ ਪੁਰਖ ਵਾਹਿਗੁਰੂ ਜੀ ਆਪਦੇ ਚਰਨਾਂ ਦੇ ਨਾਲ ਹੀ ਲਾ ਕੇ ਰੱਖਿਓ ਦੁੱਖ ਤਕ ਗਲਿਫਾ ਆਉਂਦੀਆਂ ਨੇ ਪਰ ਤੁਹਾਡਾ ਦਰ ਛੱਡ ਕੇ ਵਾਹਿਗੁਰੂ ਜੀ ਕਿਸੇ ਹੋਰ ਦਰ ਦੇ ਉੱਪਰ ਨਾ ਜਾਈਏ ਐਦਾਂ ਦੀ ਕਿਰਪਾ ਬਣਾ ਕੇ ਰੱਖਿਓ ਜਿਸ ਦਰ पे ਨਾ ਝੁਕੇ ਸਿਰ ਉਸੇ ਦਰ ਨਹੀਂ ਕਹਤੇ ਔਰ ਜੋ ਦਰਦਰ पे झुके सर उसे सर नहीं कहते ये एक बहुत गल कहण नु बहुत नजारा जआउंदा हैगा कि मैं आ गल बोल देती ते ਥੱਲੇ ਕਮੈਂਟ ਕਰਤੇ ਲੈ ਵੀ नजारा ਜਾ ਆ ਗਿਆ ਪਰ ਮੈਂ ਬੇਨਤੀ ਕਰਾਂ ਇਸ ਗੱਲ ਨੂੰ ਪਿੰਡੇ ਦੇ ਉੱਪਰ ਹੰਡਾਉਣਾ ਆਪਦੀ ਜ਼ਿੰਦਗੀ ਦੇ ਉੱਪਰ ਲਾਗੂ ਕਰਨਾ ਤੇ ਹੰਡਾਉਣਾ ਬਹੁਤ ਹੀ ਜ਼ਿਆਦਾ ਔਖਾ ਹੈਗਾ ਬਹੁਤ ਹੀ ਜ਼ਿਆਦਾ ਪਰਖ ਦੀ ਘੜੀ ਦੇ ਵਿੱਚੋਂ ਲੰਘਣਾ ਪੈਂਦਾ ਹੈਗਾ ਜਿਹੜੀ ਸਿੱਖੀ ਦੀ ਆਪਾਂ ਗੱਲ ਕਰਦੇ ਆ ਨਾ ਸਿੱਖੀ ਖੰਨੇਓ ਤਿੱਖੀ ਹੈ ਭਾਈ ਗੁਰਦਾਸ ਜੀ ਦੀਆਂ ਜਦੋਂ ਆਪਾਂ ਵਾਰਾਂ ਪੜਦੇ ਆ ਨਾ ਤਾਂ ਉੱਥੇ ਜ਼ਿਕਰ ਆਉਂਦਾ ਹੈਗਾ ਗੁਰਸਿੱਖੀ ਬਾਰੀਕ ਹੈ ਗੁਰਸਿੱਖੀ ਬਹੁਤ ਜ਼ਿਆਦਾ ਬਾਰੀਕ ਹੈ ਕਿੰਨੀ ਕੁ ਬਾਰੀਕ ਆ ਭਲਾ ਖੰਡੇ ਧਾਰ ਜਿਹਦਾ ਖੰਡੇ ਦੀ ਧਾਰ ਹੁੰਦੀ ਹੈ ਨਾ ਬਾਰੀਕ ਇੰਨੀ ਬਾਰੀਕ ਆ ਸਿੱਖੀ ਖੰਡੇ ਧਾਰ ਗਲੀ ਅੱਤ ਭੀੜੀ ਜਿਹਦਾ ਭੀੜ ਬਹੁਤ ਜ਼ਿਆਦਾ ਭੀੜੀ ਗਲੀ ਦੇ ਵਿੱਚੋਂ ਲੰਘਣਾ ਹੋਵੇ ਨਾ ਇੰਨੀ ਬਾਰੀਕ ਆ ਸਿੱਖੀ ਭੀੜੀ ਗਲੀ ਦੇ ਵਿੱਚੋਂ ਲੰਘਣਾ ਕਿਦਾਂ ਔਖੇ ਹੋ ਕੇ ਆ ਔਰ ਖੰਡੇ ਦੀ ਧਾਰ ਕਿੰਨੀ ਤਿੱਖੀ ਹੁੰਦੀ ਆ ਇੰਨੀ ਬਾਰੀਕ ਹੈ ਸਿੱਖੀ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਭਾਈ ਗੁਰਦਾਸ ਜੀ ਦੀਆਂ ਇਹ ਵਾਰਾਂ ਨੇ ਭਾਈ ਗੁਰਦਾਸ ਜੀ ਇਹ ਗੱਲ ਸਾਨੂੰ ਕਹਿੰਦੇ ਆ ਪਰ ਮੈਂ ਜਦਾਂ ਫਿਰ ਕਹਿ ਕੇ ਹਟਿਆ ਕਿ ਸਾਡੇ ਕੋਲ ਇੱਕ ਅਰਜ਼ੋਈ ਹੈ ਆਕਾਲ ਪੁਰਖ ਜੀ ਦੇ ਚਰਨਾਂ ਵਿੱਚ ਪਾਤਸ਼ਾਹ ਜੀ ਬਹੁਤ ਔਖਾ ਹੈਗਾ ਆ ਬਹੁਤ ਔਖਾ ਇਹ ਸਾਰਾ ਕੁਝ ਨਿਭਾਉਣਾ ਪਰ ਜੇ ਤੁਸੀਂ ਕਿਰਪਾ ਕਰਦੇ ਹੋ ਨਾ ਜੇ ਤੁਸੀਂ ਸਾਡੀ ਉਂਗਲ ਫੜ ਲਓ ਜੇ ਤੁਸੀਂ ਸਾਡੀ ਬਾਹ ਫੜ ਲਓ ਨਾ ਸਾਡੇ ਔਗਣਾ ਨੂੰ ਨਾ ਚਤਾਰ ਦਿਆ ਹੋਇਆ ਤਾਂ ਫਿਰ ਅਸੀਂ ਪਾਰ ਉਤਾਰਾ ਸਾਡਾ ਹੋ ਸਕਦਾ ਹੈਗਾ ਹੁਣ ਇੰਦਰਜੀਤ ਨਿੱਕੂ ਦੀ ਆਪਾਂ ਜਿਹੜੀ ਗੱਲ ਕਰਦੇ ਪਏ ਆ ਨਾ ਵੀ ਉਹ ਉੱਥੇ ਚਲਾ ਗਿਆ ਫਿਰ ਉੱਥੇ ਜਾ ਕੇ ਭਾਵੁਕ ਹੋ ਗਿਆ ਉਸ ਤੋਂ ਬਾਅਦ ਬਾਬੇ ਨੇ ਅਸ਼ੀਰਵਾਦ ਦਿੱਤਾ ਵੀ ਕੋਈ ਨਹੀਂ ਸਾਰਾ ਕੁਝ ਠੀਕ ਹੋ ਜਾਊਗਾ ਫਿਰ ਬਾਬੇ ਨੇ ਆਖਿਆ ਵੀ ਚੱਲ ਹੁਣ ਇੱਕ ਗੀਤ ਸੁਣਾ ਉਸ ਤੋਂ ਬਾਅਦ ਫਿਰ ਇੰਦਰਜੀਤ ਨਿੱਕੂ ਨੇ ਗੀਤ ਵੀ ਸੁਣਾਇਆ ਜੇ ਨજર ਸਵੱਲੀ ਹੋ ਜਾਵੇ ਨજર ਸਵੱਲੀ ਹੋ ਜਾਵੇ ਤੇਰੀ ਨજર ਸਵੱਲੀ ਹੋ ਜਾਵੇ ਐਦਾਂ ਕਰਕੇ ਇੰਦਰਜੀਤ ਨਿੱਕੂ ਨੇ ਗੀਤ ਸੁਣਾਤਾ ਤੇ ਜਿੰਨੀ ਵੀ ਉੱਥੇ ਵੱਡੀ ਗਿਣਤੀ ਵਿੱਚ ਦੁਨੀਆ ਹਾਜ਼ਰ ਸੀਗੀ ਤੇ ਉਹਨਾਂ ਨੇ ਵੀ ਉਸ ਗੀਤ ਨੂੰ ਸੁਣ ਲਿਆ ਹੁਣ ਜਿਹੜੀ ਗੱਲ ਆ ਦਰਸ਼ਕੋ ਉਹ ਇਹ ਆ ਬਈ ਹੁਣ ਇੰਦਰਜੀਤ ਨਿੱਕੂ ਸਿਰ ਦੇ ਉੱਪਰ ਪੱਗ ਬੰਨੀ ਹੋਈ ਦੇਖੀ ਮੈਂ ਕਦੀ ਵੀ ਨਹੀਂ ਉਦਾਂ ਦੇਖਿਆ ਸਿਕਾ ਜਿੰਨੀ ਵਾਰ ਵੀ ਵੇਖਿਆ ਪਰ ਅੱਜ ਵੀਡੀਓ ਵਿੱਚ ਜੋ ਵੇਖਣ ਨੂੰ ਮਿਲਿਆ ਐਂਓ ਲੱਗਦਾ ਸਿਰੋਂ ਮੋਨਾ ਹੈ ਔਰ ਸਿਰ ਦੇ ਉੱਪਰ ਟੋਪੀ ਪਹਿਨੀ ਹੋਈ ਸੀਗੀ ਠੀਕ ਆ ਜੀ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰ ਰਹੇ ਆ ਕਿ ਇੰਦਰਜੀਤ ਨਿੱਕੂ ਬਹੁਤ ਪਹਿਲਾਂ ਤੋਂ ਬੜਾ ਹੀ ਜ਼ਿਆਦਾ ਕਈ ਬਰੇ ਪਹਿਲਾਂ ਤੋਂ ਇੰਨੀ ਵਧੀਆ ਪੱਗ ਬੰਨਦਾ ਹੁੰਦਾ ਸੀਗਾ ਕਿ ਉਹਦੀ ਪੱਗ ਦੀ ਕਰਕੇ ਉਹਦੇ ਪੱਗ ਦੇ ਕਰਕੇ ਦੁਨੀਆ ਭਰ ਦੇ ਵਿੱਚ ਇੱਕ ਸਿੱਖ ਦੀ ਪੱਗ ਦੀ ਪਹਿਚਾਣ ਵੀ ਬਣੀ ਹੈਗੀ ਆ ਇਹ ਵੀ ਗੱਲ ਕਈ ਲੋਕ ਕਹਿ ਰਹੇ ਹੈਗੇ ਆ ਪਰ ਦਰਸ਼ਕੋ ਆਪਾਂ ਇੱਕ ਗੱਲ ਪੜ੍ਹਦੇ ਆ ਨਾ ਜਦੋਂ ਤੇ ਉਹ ਗੱਲ ਇਹ ਹੈ ਆਪਾਂ ਅਕਸਰ ਕਰਦੇ ਹੈਗੇ ਆ ਮੈਂ ਵੀ ਇਹ ਗੱਲ ਕਹਿਣਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੁਣ ਗੁਰਾਂ ਦੇ ਨਾਂ ਦੇ ਉੱਪਰ ਵਸਣ ਵਾਲਾ ਪੰਜਾਬ ਇਕੱਲੇ ਇੰਦਰਜੀਤ ਨਿੱਕੂ ਨੂੰ ਕੀ ਘੇਰਨਾ ਜਾਂ ਉਹਦੇ ਦੁਆਲੇ ਹੋਣਾ ਜਾਂ ਉਹਨੂੰ ਇਹਦਾਂ ਦੀਆਂ ਗੱਲਾਂ ਕਰਨੀਆਂ ਮੈਂ ਜਦੋਂ ਪਹਿਲਾਂ ਵੀ ਕਿਹਾ ਕਿ ਹਟਿਆ ਬਹੁਤ ਸਾਰੇ ਲੋਕ ਕਹਿ ਵੀ ਰਹੇ ਹੈਗੇ ਜਦੋਂ ਆਪਣੇ ਤੇ ਮੁਸੀਬਤ ਕੋਈ ਬਣਦੀ ਆ ਨਾ ਆ ਤੁਸੀਂ ਵੇਖੋ ਕਿੰਨੇ ਡੇਰੇ ਹੈਗੇ ਉਹਨਾਂ ਡੇਰਿਆਂ ਦੇ ਉੱਪਰ ਕਿੰਨੇ ਲੋਕ ਤੁਰੇ ਫਿਰਦੇ ਆ ਸਾਡੇ ਆਪਣੇ ਪਰਿਵਾਰ ਸਾਡੇ ਆਪਣੇ ਪਰਿਵਾਰਾਂ ਦੇ ਮੈਂਬਰ ਸਾਡੇ ਆਸੇ-ਪਾਸੇ ਸਾਡੇ ਆਪਣੀ ਕੌਮ ਦੇ ਕਿੰਨੇ ਲੋਕ ਜਦੋਂ ਤੁਰੇ ਫਿਰਦੇ ਆ ਨਾ ਉਸ ਵੇਲੇ ਮਨ ਦੁਖੀ ਹੁੰਦਾ ਹੈਗਾ ਇੰਦਰਜੀਤ ਨਿੱਕੂ ਬਾਰੇ ਵੀ ਜ਼ਰੂਰ ਮਨ ਦੁਖੀ ਹੋਇਆ ਹੈਗਾ ਮੈਂ ਵੀ ਜਦੋਂ ਦੇਖਿਆ ਤਾਂ ਮੇਰਾ ਵੀ ਮਨ ਮਨਾ ਭਈ ਇੰਦਰਜੀਤ ਸਿੰਘ ਨਿੱਕੂ ਸਰਦਾਰ ਪਰਿਵਾਰ ਦੇ ਨਾਲ ਸਬੰਧਤ ਹੋਵੇ ਯਾਰ ਭਈ ਉਦੀ ਪੱਗ ਕਿੰਨੀ ਸੋਹਣੀ ਬੰਦਾ ਹੁੰਦਾ ਸੀ ਮੇਰਾ ਤਾਂ ਧਿਆਨ ਉਧਰ ਹੀ ਚਲਾ ਗਿਆ ਛੋਟੇ ਛੋਟੇ ਹੁੰਦੇ ਸੀਗੇ ਮਨ ਭਾਵਕ ਹੁੰਦਾ ਹੈਗਾ ਬਹੁਤ ਵਾਰੀ ਬਹੁਤ ਕੁਝ ਹੁੰਦਾ ਹੈਗਾ ਪਰ ਜਦੋਂ ਫਿਰ ਆਪ ਆਪ ਦੇ ਲੈ ਝਾਤ ਮਾਰ ਕੇ ਵੇਖਦੇ ਆ ਜਿਹੜੇ ਅਮਰਤ ਹਰੀ ਸਿੰਘ ਪਰਿਵਾਰ ਸਾਡੇ ਹੈਗੇ ਆ ਅਸੀਂ ਵੀ ਜਦੋਂ ਆਪਣੇ ਆਸੇ ਪਾਸੇ ਝਾਤ ਮਾਰ ਕੇ ਵੇਖਦੇ ਆ ਤੇ ਅਸੀਂ ਵੀ ਆਪਣੇ ਕਈ ਵਾਰ ਗੁਰੂ ਦਾ ਦਰ ਛੱਡ ਕੇ ਨਾ ਸਾਨੂੰ ਆਖਿਆ ਗਿਆ ਸੀਗਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਾਰੀ ਗੁਰਬਾਣੀ ਦੇ ਨਾਲ ਲੜ ਹੀ ਲੱਗ ਕੇ ਰਹਿਣਾ ਹੈਗਾ ਪਰ ਅਸੀਂ ਦੇਹ ਧਾਰੀ ਬਾਬਿਆਂ ਦੇ ਡੇਰਿਆਂ ਦੇ ਉੱਪਰ ਜਾ ਕੇ ਨੱਕ ਰਗੜਦੇ ਆ ਬਾਬਾ ਜੀ ਸਾਡੀ ਕਿਸਮਤ ਸਵਾਰ ਦੇਣਗੇ ਤਾਂ ਉਸ ਵੇਲੇ ਫਿਰ ਲੱਗਦਾ ਕਿ ਅਸੀਂ ਵੀ ਤਾਂ ਗੁਨਾਹਗਾਰ ਹੈਗੇ ਨਾ ਸਾਨੂੰ ਇਹ ਲੱਗਦਾ ਕਿ ਜਿਹੜੇ ਬਾਬੇ ਦੇ ਕੋਲ ਮੈਂ ਜਾਣਾ ਨਾ ਉਹ ਹੈਗਾ ਠੀਕ ਜਿਹੜੇ ਡੇਰੇ ਨਾਲ ਮੈਂ ਜੁੜਿਆ ਹੋਇਆ ਉਹ ਹੈਗਾ ਠੀਕ ਪਰ ਜਿਹੜੇ ਡੇਰੇ ਦੇ ਨਾਲ ਦੂਜਾ ਬੰਦਾ ਜੁੜਿਆ ਹੋਇਆ ਜਾਂ ਜਿਹੜੇ ਡੇਰੇ ਤੇ ਜਾ ਕੇ ਦੂਜਾ ਬੰਦਾ ਨਤਮਸਤਕ ਹੋਇਆ ਨਾ ਉਹ ਗਲਤਵਾ ਤੇ ਉਹਦੇ ਖਿਲਾਫ ਐਨ ਚੰਗੀ ਤਰ੍ਹਾਂ ਧੁੱਕੀ ਕੱਢ ਦਿਓ ਫੜ ਕੇ ਸੋਸ਼ਲ ਮੀਡੀਆ ਦੇ ਉੱਪਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਸ ਗੱਲ ਦੇ ਮayne ਕੀ ਹੁੰਦੇ ਨੇ ਪੜਾ ਅਸੀਂ ਕਿੰਨਾ ਜ਼ਿਆਦਾ ਸਾਡੇ ਵਿੱਚ ਨਿਹਾਰ ਆ ਗਿਆ ਗੁਰਾਂ ਦੇ ਨਾਂ ਦੇ ਉੱਪਰ ਵਸਣ ਵਾਲਾ ਪੰਜਾਬ ਪੰਜਾਬੀ ਤੇ ਸਾਡੇ ਗੁਰਸਿੱਖ ਭਰਾ ਜਿਹੜੇ ਗੁਰੂ ਨੂੰ ਵਿਚਾਲੇ ਰੱਖ ਕੇ ਕੋਈ ਵੀ ਕਾਰਜ ਕਰਦੇ ਹੁੰਦੇ ਸੀਗੇ ਜੇ ਪਰਿਵਾਰ ਦੇ ਵਿੱਚ ਕਿਸੇ ਦਾ ਜਨਮ ਹੋਇਆ ਤੇ ਗੁਰੂ ਨੂੰ ਵਿਚਾਲੇ ਗੁਰੂਕੋੜ ਪੜਾ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜਾਣੇ ਆ ਨਾ ਜਦੋਂ ਬੱਚੇ ਦਾ ਜਨਮ ਹੁੰਦਾ ਉੱਥੇ ਜਾ ਕੇ ਬੱਚੇ ਦਾ ਨਾਮ ਰੱਖਿਆ ਜਾਂਦਾ ਹੁਕਮਨਾਮਾ ਲਿਆ ਜਾਂਦਾ ਪਹਿਲਾ ਅੱਖਰ ਜਿਹੜਾ ਆਉਂਦਾ ਹੈਗਾ ਬੱਚੇ ਦਾ ਨਾਮ ਉਹ ਤੋਂ ਰੱਖਿਆ ਜਾਂਦਾ ਹੈਗਾ ਮਰ ਗੁਰੂ ਨੂੰ ਵਿਚਾਲੇ ਰੱਖਦੇ ਆ ਘਰ ਦੇ ਵਿੱਚ ਜਦੋਂ ਕੋਈ ਮਕਾਨ ਬਣਾਉਣ ਲੱਗਦੇ ਆ ਨੀਆਂ ਭਰਦਿਆਂ ਜਦੋਂ ਦੇਗ ਤਿਆਰ ਕਰਦਿਆਂ ਨਾ ਜੀ ਦੇਗ ਤਿਆਰ ਕਰਦਿਆਂ ਜਦੋਂ ਤੇ ਗੁਰੂ ਨੂੰ ਵਿਚਾਲੇ ਰੱਖਦੇ ਆ ਕਿੱਦਾਂ ਪੜਾ ਭਾਈ ਸਾਹਿਬ ਜੀ ਨੂੰ ਸਦਿਆ ਜਾਂਦਾ ਜਾਂ ਅਸੀਂ ਆਪ ਅਰਦਾਸ ਕਰਦੇ ਆ ਆਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕਿ ਨਵਾਂ ਮਕਾਨ ਸ਼ੁਰੂ ਕਰਨ ਲੱਗੇ ਆ ਨੀਆਂ ਭਰ ਲੱਗੀਆਂ ਪਾਤਸ਼ਾਹ ਜੀ ਕਿਰਪਾ ਕਰਿਓ ਰਹਿਮਤ ਸੋ ਗੁਰੂ ਨੂੰ ਵਿਚਾਲੇ ਰੱਖਦੇ ਆ ਜਦੋਂ ਕੋਈ ਜੋਬ ਮਿਲਦੀ ਆ ਤਾਂ ਗੁਰੂ ਨੂੰ ਵਿਚਾਲੇ ਰੱਖਦੇ ਆ ਸ਼ੁਕਰਾਨਾ ਕਰਦੇ ਆ ਕੋਈ ਰਿਟਾਇਰ ਹੁੰਦਾ ਹੈਗਾ ਤਾਂ ਘਰੇ ਆਪਾਂ ਸਹਿਜ ਪਾਠ ਜਾਂ ਖਣਪਾਠ ਸਾਹਿਬ ਕਰਾਉਨੇ ਆ ਸਮਾਗਮ ਕਰਵਾਉਨੇ ਆ ਇਹਨੂੰ ਕਹਿੰਦੇ ਗੁਰੂ ਨੂੰ ਵਿਚਾਲੇ ਰੱਖ ਰੱਖਣਾ ਤੇ ਇਸੇ ਕਰਕੇ ਕਿਹਾ ਜਾਂਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪਰਿਵਾਰ ਦੇ ਵਿੱਚ ਕਿਸੇ ਦਾ ਆਨੰਦ ਕਾਰਜ ਹੁੰਦਾ ਤਦ ਗੁਰੂ ਨੂੰ ਵਿਚਾਲੇ ਰੱਖਦੇ ਆ ਗੁਰੂ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਹੁੰਦਾ ਆ ਜਦੋਂ ਪਰਿਵਾਰ ਦੇ ਵਿੱਚ ਕਿਸੇ ਜੀ ਦੀ ਮੌਤ ਹੋ ਜਾਂਦੀ ਹੈ ਤਦ ਗੁਰੂ ਨੂੰ ਵਿਚਾਲੇ ਰੱਖਦੇ ਆ ਗੁਰੂ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਅਰਦਾਸ ਹੋਣੀ ਆ ਕੀਰਤਨ ਹੋ ਕੇ ਹਟਿਆ دیਵਾਨ ਲੱਗਿਆ ਪਾਤਸ਼ਾਹ ਜੀ ਜਿਹੜਾ ਮਨੁੱਖ ਸੰਸਾਰ ਦੇ ਉੱਪਰ ਤੁਹਾਡੇ ਭੇਜਿਆ ਹੋਇਆ ਆਇਆ ਸੀਗਾ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ ਜਦੋਂ ਤੁਸੀਂ ਸਦਾ ਦੇਤਾ ਤੇ ਉਦੋਂ ਇਹ ਸੰਸਾਰ ਤੋਂ ਕੂਚ ਕਰ ਗਿਆ ਮਨੁੱਖ ਪਾਤਸ਼ਾਹ ਜੀ ਕਿਰਪਾ ਕਰੋ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ ਪਿੱਛੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਬਖਸ਼ਿਓ ਰੱਖਿਆ ਨਾ ਗੁਰੂ ਨੂੰ ਵਿਚਾਲੇ ਸੋ ਗੁਰੂ ਨੂੰ ਵਿਚਾਲੇ ਰੱਖਣ ਦੀ ਜਿਹੜੀ ਸਾਡੀ ਇਹ ਰੀਤ ਹੈ ਉਹਦੇ ਕਰਕੇ ਹੀ ਇਹ ਗੱਲ ਕਈ ਜਾਂਦੀ ਹੈ ਜੇ ਆਪਾਂ ਕਹਿੰਨੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪਰ ਸਾਡੇ ਜੋ ਅੱਜ ਹਾਲਾਤ ਬਣ ਗਏ ਨਾ ਸਾਡੇ ਵਿੱਚ ਜਿਹੜਾ ਨਿਘਾਰ ਆ ਗਿਆ ਅੱਜ ਸਾਡੇ ਵਿੱਚ ਉਹ ਵਾਲੀਆਂ ਗੱਲਾਂ ਘਟਦੀਆਂ ਜਾ ਰਹੀਆਂ ਨੇ ਹੈਗੇ ਨੇ ਜਿਹੜੇ ਪਰਿਵਾਰ ਉਹਨਾਂ ਨੂੰ ਨਮਸਕਾਰ ਹੈ ਹੈਗੇ ਨੇ ਜਿਹੜੇ ਗੁਰੂ ਪਿਆਰੇ ਸਿੰਘ ਦਿੜੜਤਾ ਦੇ ਨਾਲ ਪਹਿਰਾ ਦਿੰਦੇ ਆ ਪਰ ਜਿਹੜੇ ਮੇਰੇ ਵਰਗੇ ਸਾਡੇ ਕਈ ਬਹੁਤ ਜ਼ਿਆਦਾ ਗਰਾਫਟਾਂ ਆ ਗਈਆਂ ਕਈਆਂ ਵਿੱਚ ਹੋਰ ਬਹੁਤ ਜ਼ਿਆਦਾ ਘਾਟ ਆ ਗਈਆਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿਹੜਾ ਸੀਗਾ ਨਾ ਉਹ ਉਹਦੇ ਵਿੱਚ ਬਹੁਤ ਜ਼ਿਆਦਾ ਘਾਟ ਆ ਗਈ ਅੱਜ ਅੱਜ ਗੁਰੂ ਨੂੰ ਵਿਚਾਲੇ ਰੱਖਣਾ ਅਸੀਂ ਬਹੁਤ ਹੱਦ ਤੱਕ ਘਟਾਤਾ ਹੈਗਾ ਆ ਆਨੰਦ ਕਾਰਜ ਹੁੰਦਾ ਜ਼ਰੂਰ ਹੈਗਾ ਗੁਰੂ ਨੂੰ ਵਿਚਾਲੇ ਰੱਖਦੇ ਆ ਪਰ ਫਾਰਮੈਲਿਟੀ ਕਰਦੇ ਆ ਮੇਨ ਧਿਆਨ ਕਿੱਧਰ ਹੁੰਦਾ ਭਲਾ ਵੀ ਸ਼ਾਮਾਂ ਨੂੰ ਡੀਜੇ ਲੱਗਣਾ ਉੱਥੇ ਡਾਂਸਰਾਂ ਨੂੰ ਚਾਉਣੀਆਂ ਸ਼ਰਾਬਾਂ ਤੇ ਮੀਟ ਵਰਤਾਉਣੇ ਹੈਗੇ ਆ ਮੇਨ ਧਿਆਨ ਸਾਡਾ ਉਧਰ ਨੂੰ ਹੁੰਦਾ ਹੈਗਾ ਮਤਲਬ ਗੁਰੂ ਨੂੰ ਸਿਰਫ ਆਨੰਦ ਕਾਰਜ ਹੋਣਾ 15 20 ਮਿੰਟ ਬਸ ਭਾਈ ਸਾਹਿਬ ਫਟਾਫਟ ਕਰ ਦਿਓ ਬਸ ਵੀ ਸਾਨੂੰ ਹੋਰ ਬਹੁਤ ਕੰਮ ਆ ਸੋ ਇਦਾਂ ਦੇ ਹਾਲਾਤ ਪੱਬਾਂ ਕਲਬਾਂ ਪੈਲਸਾਂ ਦੇ ਵਿੱਚ ਸਾਰਾ ਧਿਆਨ ਮੇਨ ਉਧਰ ਹੋ ਗਿਆ ਮਤਲਬ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿਹੜਾ ਸਿਕਾਣਾ ਉਹ ਹੁਣ ਘਟ ਗਿਆ ਸਾਡਾ ਸਾਨੂੰ ਉਧਰਲੇ ਬੰਨ ਨੂੰ ਰੁਝਾਨ ਵਧਾਉਣ ਦੀ ਲੋੜ ਹੈਗੀ ਆ ਜੇ ਹੁਣ ਆਸੇ-ਪਾਸੇ ਵਾਤਾਵਰਣ ਇਦਾਂ ਦਾ ਹੋਵੇ ਤਾਂ ਇੰਦਰਜੀਤ ਨਿੱਕੂ ਦੀ ਗੱਲ ਕਰਦੇ ਪਾਏ ਆ ਇਕੱਲਾ ਇੰਦਰਜੀਤ ਨਿੱਕੂ ਹੀ ਨਹੀਂ ਮੇਰੇ ਵਰਗੇ ਵੀ ਜਿਹਦਾ ਮੈਂ ਪਹਿਲਾਂ ਕਹਿ ਕੇ ਹਟਿਆ ਅੱਜ ਹੁਸਨਾਓ ਸਮੁੰਦਰ ਮੈਂ ਭਾਈ ਭਗਤ ਕਬੀਰ ਜੀ ਇਹ ਗੱਲ ਕਹਿੰਦੇ ਆ ਨਾ ਸੋ ਇਦਾਂ ਹੀ ਸਾਡੀ ਅੱਜ ਮੈਂ ਇੱਥੇ ਜਿੱਦਾਂ ਗੱਲ ਕਰ ਰਿਹਾ ਹੈਗਾ ਕਿਸ ਨੂੰ ਲੱਗਦਾ ਹੋਊਗਾ ਕਿ ਵਧੀਆ ਗੱਲ ਕਰ ਰਿਹਾ ਲੈ ਵੀ ਸੱਜਣ ਪਰ ਮੈਂ ਬੇਨਤੀ ਕਰਾਂ ਹੋ ਸਕਦਾ ਕੱਲੂ ਮੇਰੇ ਛਾਬੇ ਦੇ ਵਿੱਚ ਰੋਟੀ ਨਾ ਹੋਵੇ ਹੋ ਸਕਦਾ ਉਸ ਵੇਲੇ ਆ ਜਿਹੜੀਆਂ ਸਾਰੀਆਂ ਗੱਲਾਂ ਮੈਂ ਕਰਦਾ ਪਿਆ ਭੁੱਲ ਜਾਣਾ ਮੈਨੂੰ ਜਦੋਂ ਇੱਕ ਕਹਾਵਤ ਜੀ ਆ ਸਾਡੇ ਪੰਜਾਬ ਵਿੱਚ ਪਰ ਗੁਰੂ ਪਿਆਰੇ ਸਿੰਘ ਨੇ ਕਦੀ ਵੀ ਇਦਾਂ ਦੀ ਕਹਾਵਤ ਨੂੰ ਆਪਣੇ ਤੇ ਲਾਗੂ ਹੋਣ ਦਿੰਦੇ ਭਈ ਪੱਲੇ ਨਾ ਹੁਣ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਇਹਦਾਂ ਦੀ ਗੱਲਬਾਤ ਪਰ ਗੁਰੂ ਪਿਆਰੇ ਸਿੰਘ ਖੰਨੀ ਖੰਨੀ ਦੀ ਰੋਟੀ ਤੇ ਗੁਜ਼ਾਰਾ ਕਰ ਲਿਆ ਮਾਵਾ ਭੈਣਾ ਧੀਆਂ ਨੇ ਸਾਡੇ ਇਤਿਹਾਸ ਪੜ ਕੇ ਵੇਖ ਲਈਏ ਆਪਾਂ ਉਹਨਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾ ਲਏ ਪਰ ਉਹਨਾਂ ਨੇ ਆਪ ਦਾ ਸਿੱਖੀ ਸਿਧਕ ਨਹੀਂ ਛੱਡਿਆ ਇਹ ਸਾਡਾ ਇਤਿਹਾਸ ਵਾ ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਦੇ ਬਦੌਲਤ ਅੱਜ ਵੀ ਅਸੀਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਵਿਚਰ ਰਹੇ ਹਾਂ ਪਰ ਜਦੋਂ ਅਸੀਂ ਆਪਣੇ ਕੱਲੇ ਤੇ ਲਾ ਕੇ ਵੇਖਦੇ ਆ ਨਾ ਤਾਂ ਉਸ ਵੇਲੇ ਕੋਈ ਪਤਾ ਨਹੀਂ ਹੈਗਾ ਅਜਹੁਸਾ ਨਾਉ ਸਮੁੰਦਰ ਮੈਂ ਜਦੋਂ ਪਾਰ ਪੱਤਣ ਕਿਸੇ ਲੱਗ ਜਊਂਗੀ ਨਾ ਬੇੜੀ ਫੇਰ ਹੀ ਆਪਾਂ ਕਹਿ ਸਕਦੇ ਆ ਕਿ ਮੈਂ ਸੁਰਖਰੂ ਹੋ ਕੇ ਜਾ ਰਿਹਾ ਏਦਾਂ ਹੀ ਇੰਦਰਜੀਤ ਨਿੱਕੂ ਮੈਂ ਬੇਨਤੀ ਕਰਾਂ ਆਸੇ-ਪਾਸੇ ਸਾਡਾ ਵਾਤਾਵਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਪੂਰੇ ਪੰਜਾਬ ਤੇ ਪੂਰੇ ਵਿਸ਼ਵ ਦੇ ਵਿੱਚ ਜਿੰਨੀਆਂ ਵੀ ਸਿੱਖ ਸੰਸਥਾਵਾਂ ਸਿੱਖ ਅਦਾਰੇ ਨਿੱਕੂ ਦਾ ਤਾਂ ਸਿਰਫ ਬਹਾਨਈਆਂ ਚਾਰ ਗੱਲਾਂ ਵਿੱਚ ਜ਼ਰੂਰ ਬਸ ਕਰਨੀਆਂ ਚਾਹੁੰਨੀਆਂ ਸਿਗਨ ਚਾਹੁੰਦਾ ਸਿਗਾ ਨਿੱਕੂ ਦਾ ਤਾਂ ਸਿਰਫ ਇੱਕ ਵਿੱਚ ਬਹਾਨਾ ਜੇ ਬਣ ਗਿਆ ਹੈਗਾ ਹੋਰ ਕੋਈ ਏਡੀ ਗੱਲ ਨਹੀਂ ਹੈਗੀ ਵੀ ਅਸੀਂ ਏਦਾਂ ਦਾ ਕੁਝ ਵਾਤਾਵਰਣ ਸਿਰਜਣ ਦਾ ਯਤਨ ਕਰੀਏ ਏਦਾਂ ਦੇ ਆਪਾਂ ਸਿਰ ਤੋੜ ਉਪਰਾਲੇ ਕਰਦੀਏ ਪਿੰਡ ਪਿੰਡ ਤੱਕ ਪਹੁੰਚ ਪਹੁੰਚ ਕੇ ਬੱਚਿਆਂ ਨੂੰ ਆਪਾਂ ਸਿੱਖੀ ਦੇ ਲੜ ਲਾ ਦਈਏ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਸਹੀ ਮੈਨੇ ਵਿੱਚ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹਦੇ ਮੈਨੇ ਕੀ ਹੈ ਗਿਆ ਔਰ ਅਸੀਂ ਵੀ ਗੁਰੂ ਨੂੰ ਵਿਚਾਲੇ ਰੱਖ ਕੇ ਹੀ ਹਰੇਕ ਕਾਰਜ ਕਰਨਾ ਹੈਗਾ ਗੁਰੂ ਨੂੰ ਅਸੀਂ ਆਪਣੇ ਕਿਸੇ ਵੀ ਕਾਰਜ ਤੋਂ ਲਾਂਬੇ ਰੱਖ ਕੇ ਕੋਈ ਵੀ ਕੰਮ ਨਹੀਂ ਕਰਨਾ ਹੈਗਾ ਇਦਾਂ ਦਾ ਇਦਾਂ ਦਾ ਯਤਨ ਤੇ ਆਪਾਂ ਕਰ ਸਕਦੇ ਆ ਨਾ ਸੋ ਜੇ ਇਦਾਂ ਦਾ ਆਪਾਂ ਯਤਨ ਵੱਡੀ ਪੱਧਰ ਦੇ ਉੱਪਰ ਕੀਤਾ ਹਾਂਗਾ ਨਾ ਤਾਂ ਫਿਰ ਆਸੇ-ਪਾਸੇ ਬਾਬਿਆਂ ਦਾ ਪ੍ਰਭਾਵ ਜੇ ਅੱਜ ਕੰਮ ਘਟ ਗਿਆ ਹੈਗਾ ਤਾਂ ਫਿਰ ਉਹ ਬਾਬਿਆਂ ਦੇ ਕੋਲ ਜਾਊਗਾ ਨਹੀਂ ਨਿੱਕੂ ਜਾਂ ਨਿੱਕੂ ਵਰਗੇ ਹੋਰ ਜਾਂ ਹੱਡੇ ਵਰਗੇ ਹੋਰ ਜਾਣਗੇ ਨਹੀਂ ਕਿਉਂਕਿ ਆਸੇ-ਪਾਸੇ ਵਾਤਾਵਰਨ ਜਦੋਂ ਚੜ੍ਹਦੀ ਕਲਾ ਵਾਲਾ ਹੋਊਗਾ ਨਾ ਜਦੋਂ ਫਿਰ ਨਹੀਂ ਕੋਈ ਵੀ ਜਾਂਦਾ ਹੈਗਾ ਡਾਵਾ ਡੋਲ ਟੱਕੇ ਡੋਲੇ ਜਦੋਂ ਅਸੀਂ ਖਾਂਦੇ ਆ ਤਾਂ ਹੀ ਹੁੰਦਾ ਹੈਗਾ ਆ ਪੰਜਾਬ ਦੇ ਵਿੱਚ ਕਈ ਵਾਰ ਇਹਨਾਂ ਦੀ ਗੱਲ ਚੱਲਦੀ ਆ ਕਿ ਧਰਮ ਪਰਿਵਰਤਨ ਕਿ ਫਲਾਣੇ ਲੋਕ ਆ ਗਏ ਉਹਨਾਂ ਨੇ ਲਾਲਚ ਦਿੱਤਾ ਪਰਿਵਾਰ ਪਰਿਵਾਰਾਂ ਨੇ ਧਰਮ ਤਬਦੀਲ ਕਰ ਲਿਆ ਉਹ ਧਰਮ ਤੇ ਸਿੱਖਾਂ ਨੇ ਉਦੋਂ ਨਹੀਂ ਤਬਦੀਲ ਕੀਤਾ ਜਦੋਂ ਉਹਨਾਂ ਦੇ ਉਹਨਾਂ ਦੇ ਮੁੱਲ ਪਾਏ ਜਾਂਦੇ ਸਗੇ ਜਦੋਂ ਬੱਚਿਆਂ ਦੇ ਟੋਟੇ ਕਰਾ ਕਰਕੇ ਤੇ ਹਾਰ ਗਾਲਾਂ ਚ ਪਾਏ ਜਾਂਦੇ ਸੀ ਧਰਮ ਤੇ ਉਦੋਂ ਨਾ ਤਬਦੀਲ ਕੀਤਾ ਸ਼ਰਤ ਆਹੀ ਰੱਖੀ ਜਾਂਦੀ ਸੀ ਨਾ ਵੀ ਜਾਂ ਧਰਮ ਤਬਦੀਲ ਕਰ ਲੋ ਜਾਂ ਫਿਰ ਸਿੱਖੀ ਛੱਡ ਦੋ ਜਾਂ ਮਰਨ ਵਾਸਤੇ ਤਿਆਰ ਹੋ ਜਾਓ ਤੇ ਸਿੱਖ ਕਈ ਕਬੂਲ ਕਰਦੇ ਹੀ ਪੜਾ ਕਿ ਸਾਨੂੰ ਮਰਨਾ ਮੰਜੂਰ ਹੈ ਪਰ ਸਿੱਖੀ ਨਹੀਂ ਛੱਡਣੀ ਆਰਾ ਪਿਆਰਾ ਲਗਤ ਹੈ ਕਾਲਾ ਕਰੋ ਬਣਾਈ ਆਪਾ ਪੜਦੇ ਆ ਨਾ ਵੀ ਆਰਾ ਤਾਂ ਮੈਨੂੰ ਪਿਆਰਾ ਲੱਗਦਾ ਹੈ ਤੂੰ ਆਪਣੇ ਆਰੇ ਦੇ ਦੰਦੇ ਤਿੱਖੇ ਕਰ ਤੇ ਮੇਰੇ ਸੀਸ ਦੇ ਉੱਪਰ ਆਰਾ ਤਾਂ ਭਾਵੇਂ ਚੱਲ ਜਾਵੇ ਪਰ ਮੈਂ ਸਿੱਖੀ ਨਹੀਂ ਛੱਡਦਾ ਇਦਾਂ ਹੀ ਆ ਨਾ ਜੀ ਆਪਾਂ ਸਾਰੇ ਜਣੇ ਪੜ੍ਹ ਲਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਲੈ ਕੇ ਸਾਰਾ ਇਤਿਹਾਸ ਪੜ੍ਹ ਲਓ 18ਵੀਂ ਸਦੀ ਦਾ ਸਿੱਖ ਇਤਿਹਾਸ ਪੜ੍ਹ ਕੇ ਵੇਖ ਲੈਣੇ ਆ ਸੋ ਉਹ ਸਾਰਾ ਕੁਝ ਸਾਡੀ ਅਗਵਾਈ ਕਰਦਾ ਹੈਗਾ ਜੇ ਆਪਣੇ ਬੱਚਿਆਂ ਨੂੰ ਅਸੀਂ ਸਾਰਾ ਕੁਝ ਦੱਸ ਦਈਏ ਤਾਂ ਇਦਾਂ ਦੇ ਵਾਤਾਵਰਣ ਇਦਾਂ ਦਾ ਮਾਹੌਲ ਨਾ ਬਣੇ ਇਕੱਲੇ ਨਿੱਕੂ ਦੀ ਗੱਲ ਨਹੀਂ ਹੈਗੀ ਨਿੱਕੂ ਤੇ ਜਾਇਆ ਚਲੋ ਉੱਥੇ ਆਪਾਂ ਕਹਿੰਨੇ ਠੀਕ ਆ ਹਮਦਰਦੀ ਹੁਣ ਕੰਮਕਾਰ ਹੁਣ ਇਹਦੇ ਵਿੱਚ ਹੁਣ ਜਿਹੜੇ ਕਹਿੰਦੇ ਹਮਦਰਦੀ ਕੀਤੀ ਜਾਵੇ ਸਹਿਯੋਗ ਕੀਤਾ ਜਾਵੇ ਹੁਣ ਪਹਿਲਾਂ ਗਾਇਕੀ ਕੀਤੀ ਹੈਗੀ ਆ ਚਲੋ ਹੁਣ ਪਤਾ ਨਹੀਂ ਰੱਬ ਜਾਣੇ ਹੁਣ ਜਦਾ ਦੱਸ ਰਹੇ ਆ ਵੀ ਕਰੋਨਾ ਦਾ ਕਰਜ਼ਾ ਸਿਰ ਦੇ ਉੱਪਰ ਹੋ ਗਿਆ ਪਤਾ ਨਹੀਂ ਕਿੱਦਾਂ ਹੋ ਗਿਆ ਸੋ ਹੁਣ ਆਪਾਂ ਹੁਣ ਕੀ ਕਹੀਏ ਵੀ ਕੀ ਸਾਥ ਦੇ ਸਕਦੇ ਆ ਹੁਣ ਇਦਾਂ ਦਾ ਕਹਿਣੋ ਰਹਿ ਪਈ ਭਾਈ ਵੀ ਚਲੋ ਸਾਡੇ ਘਰ ਆ ਕੇ ਗਾਣਿਆਂ ਦਾ ਕੋਈ ਅਖਾੜਾ ਲਾ ਜਾਈਂ ਐਦਾਂ ਦੀ ਮਦਦ ਹੁਣ ਕੀ ਕਹਿ ਸਕਦੇ ਆ ਇਹੀ ਕਹਿ ਸਕਦੇ ਆ ਹਾਂ ਇੱਕ ਗੱਲ ਜ਼ਰੂਰ ਮੇਰੇ ਮਨ ਵਿੱਚ ਜਿਹੜੀ ਆਉਂਦੀ ਹੈਗੀ ਆ ਬਹੁਤ ਸਾਰੇ ਇਦਾਂ ਦੇ ਗੀਤ ਜੇ ਉਹਦੇ ਕੋਲ ਗਾਉਣ ਦਾ ਹੁਨਰ ਹੈਗਾ ਨਾ ਤਾਂ ਇਦਾਂ ਦੇ ਗੀਤ ਗਾਏ ਜਾ ਸਕਦੇ ਜਿਹੜੇ ਪੰਜਾਬ ਪੱਖੀ ਹੋਣ ਇਨਸਾਨੀਅਤ ਪੱਖੀ ਹੋਣ ਜਿਹੜੇ ਕਿ ਪੰਜਾਬ ਦੇ ਨਾਲ ਹੋ ਰਹੀ ਲੁੱਟ ਖਸੁੱਟ ਨੂੰ ਪਰ ਦੱਸਦੇ ਹੁਣ ਲੋਕਾਂ ਨੂੰ ਜਾਗਰੂਕ ਕਰਦੇ ਹੁਣ ਕਿ ਆਹ ਹੋ ਰਿਹਾ ਤੁਹਾਡੇ ਨਾਲ ਇੰਦਰਜੀਤ ਨੇ ਕੋਈ ਇੱਕ ਵਾਰੀ ਇਦਾਂ ਦਾ ਕੋਈ ਗਾਣਾ ਮੈਨੂੰ ਲੱਗਦਾ ਗਾ ਕੇ ਵੇਖੇ ਤੇ ਪੰਜਾਬ ਦੇ ਲੋਕਾਂ ਨੇ ਸਿਰ ਤੇ ਝੁਕ ਲੈਣਾ ਹੈਗਾ ਐਦਾਂ ਦਾ ਵੀ ਕੀਤਾ ਜਾ ਸਕਦਾ ਕੁਝ ਪੈਸੇ ਵੀ ਬਣ ਜਾਣਗੇ ਨਾਲੇ ਕਰਜਾ ਵੀ ਹੌਲੀ ਹੌਲੀ ਲੱਥਣਾ ਸ਼ੁਰੂ ਹੋ ਜਾਊਗਾ ਤੇ ਲੋਕ ਪਸੰਦ ਵੀ ਕਰਨ ਲੱਪੈਣਗੇ ਤੇ ਪ੍ਰੋਗਰਾਮ ਵੀ ਮਿਲਣੇ ਸ਼ੁਰੂ ਹੋ ਜਾਣਗੇ ਐਦਾਂ ਦੇ ਵੀ ਇਦਾਂ ਦੇ ਵੀ ਗਾਇਕੀ ਹੋ ਸਕਦੀ ਆ ਜ਼ਰੂਰੀ ਥੋੜੋ ਪਹਿਿੱਦਾਂ ਦੇ ਗਾਣੇ ਗਾਉਣੇ ਹੈਗਾ ਮੋਟਰਸਾਈਕਲ ਦੇ ਪਿੱਛੇ ਕੁੜੀ ਬਹਾ ਲਈ ਤੇ ਉਹਨੂੰ ਚਾਰਕ ਗੇੜੀਆਂ ਦਵਾਤੀਆਂ ਜਾਂ ਕੁੜੀਆਂ ਦੇ ਕਾਲਜ ਦੇ ਮੋੜ ਦੀ ਬੁਲਟ ਮੋਟਰਸਾਈਕਲ ਲੈ ਕੇ ਲੰਘੇ ਵੀ ਪਟਾਕੇ ਵੱਜਣਗੇ ਹੁਣ ਫਲਾਣਾ ਹੋ ਜਾਊਗਾ ਤੈਨੂੰ ਚੱਕ ਕੇ ਲੈ ਜਾਊਗਾ ਮੋਟਰਸਾਈਕਲ ਤੇ ਤੈਨੂੰ ਕਾਲਜ ਦੇ ਮੋੜ ਦੀ ਜ਼ਰੂਰੀ ਥੋੜੀ ਹੈਗਾ ਕਿ ਹਾਂ ਕੁਛ ਹੀ ਗਾਉਣਾ ਹੈਗਾ ਨੌਜਵਾਨ ਮੁੰਡੇ ਕੁੜੀਆਂ ਕਰਦੇ ਆ ਪਸੰਦ ਆ ਤੁਸੀਂ ਵੇਖੋ ਨਵੇਂ-ਨਵੇਂ ਮੁੰਡੇ ਜਿਹੜੇ ਫੇਸਬੁੱਕ ਦੇ ਉੱਪਰ ਜਾ ਕੇ ਵੇਖੋ ਕਈ ਵਾਰੀ ਜਦੋਂ ਨਾ ਉਹ ਸਟੇਟਸ ਪਾਉਂਦੇ ਹੈਗੇ ਆ ਤਾਂ ਜਿਹੜੇ ਹਕੂਮਤਾਂ ਜਦੋਂ ਤੱਕਾ ਕਰਦੀਆਂ ਹੈਗੀਆਂ ਹਕੂਮਤਾਂ ਜਦੋਂ ਕੁਝ ਮਾੜਾ ਕਰਦੀਆਂ ਆ ਆਪਣੇ ਲੋਕਾਂ ਦੇ ਨਾਲ ਤੇ ਉਸ ਵੇਲੇ ਜਦੋਂ ਜਿਹੜੇ ਲੋਕ ਵਧੀਆ ਸੁਰ ਦੇ ਵਿੱਚ ਕੋਈ ਚਾਰ ਲਾਈਨਾਂ ਬੋਲਦੇ ਆ ਨਾ ਤਾਂ ਜਿਹੜੇ ਪੰਜਾਬ ਦਾ ਯੂਥ ਆ ਨਾ ਦੁਨੀਆ ਦੇ ਭਾਵੇਂ ਕਿਸੇ ਕੋਨੇ ਵਿੱਚ ਵੀ ਉਹ ਨੌਜਵਾਨ ਬੈਠੇ ਹੋਣ ਆਪਣੇ ਸਟੇਟਸਾਂ ਦੇ ਉੱਪਰ ਉਹ ਲਾਉਂਦੇ ਆ ਔਰ ਲਾ ਕੇ ਦੱਸਦੇ ਆ ਕਿ ਸਾਡੀ ਤਸਵੀਰ ਐਦਾਂ ਦੀ ਹੈਗੀ ਆ ਸੋ ਇੰਦਰਜੀਤ ਨਿੱਕੂ ਜੀ ਕੁਝ ਐਦਾਂ ਦਾ ਜ਼ਰੂਰ ਕਰ ਸਕਦੇ ਨੇ ਔਰ ਅਖੀਰ ਦੇ ਵਿੱਚ ਆਪਣੀ ਗੱਲਬਾਤ ਨੂੰ ਸਮੇਟਦਾ ਕਿ ਇੱਕ ਦੂਜੇ ਨੂੰ ਆਪਾਂ ਲੜਨਤਾ ਪਾਉਣੀਆਂ ਛੱਡੀਏ ਛੱਡਦੀਏ ਆਪਾਂ ਵੀ ਸਾਰਾ ਦਿਨ ਅੱਜ ਇੱਕ ਮੁੱਦਾ ਮਿਲ ਗਿਆ ਨਿੱਕੂ 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 ਤੇ ਅੱਜ ਅੱਜ ਜਦੋਂ ਕਿਸੇ ਨੇ ਉਹਨੂੰ ਢੋਣਾ ਹੀ ਢੋਣਾ ਫੜ ਕੇ ਜ ਲੜਨਤੇ ਪਾਉਣੀਆਂ ਤੇ ਕਿਸੇ ਨੇ ਉਹਦੀ ਹਮਦਰਦੀ ਕਰਨੀਆਂ ਇਹਨਾਂ ਚੀਜ਼ਾਂ ਨੂੰ ਇੱਕ ਅਧੀ ਪੋਸਟ ਪਾਪੋ ਕੇ ਮੜਾ ਮੂਟਾ ਬੁੱਤਾ ਲਾ ਲਓ ਪਰ ਮੇਨ ਜਿਹੜਾ ਧਿਆਨ ਹੈ ਕਹਿੰਨਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿਹੜਾ ਸੀਗਾ ਮੇਰਾ ਨਹੀਂ ਦਿਲ ਕਰਦਾ ਕਿ ਮੈਂ ਆਖਾਂ ਕਿ ਕਦੀ ਪੰਜਾਬ ਵਸਦਾ ਸੀ ਗੁਰਾਂ ਦੇ ਨਾਂ ਤੇ ਅੱਜ ਨਹੀਂ ਵਸਦਾ ਨਾ ਇਹ ਮੈਂ ਗੱਲ ਤਾਂ ਨਹੀਂ ਕਹਿਣੀ ਚਾਹੁੰਦਾ ਕਿਉਂਕਿ ਅੱਜ ਵੀ ਪੰਜਾਬ ਦੀ ਇਸ ਸਿਰਜ਼ਮੀਨ ਦੇ ਉੱਪਰ ਉਹ ਲੋਕ ਹੈਗੇ ਨੇ ਉਹ ਪਰਿਵਾਰ ਹੈਗੇ ਨੇ ਜਿਹੜਾ ਜਿਨ੍ਹਾਂ ਦੀ ਬਦੌਲਤ ਆਪਾਂ ਕਹਿ ਸਕਦੇ ਆ ਕਿ ਪੰਜਾਬ ਅੱਜ ਵੀ ਵੱਸਦਾ ਹੈ ਗੁਰਾਂ ਦੇ ਨਾਂ ਤੇ ਪਰ ਉਹਨਾਂ ਦੀ ਗਿਣਤੀ ਉਹਨਾਂ ਪਰਿਵਾਰਾਂ ਦੀ ਉਹਨਾਂ ਸਿਰਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ ਪੰਜਾਬ ਦੀ ਧਰਤੀ ਦੇ ਉੱਪਰ ਜਿਹੜੇ ਇਹ ਗੱਲ ਕਹਿੰਦੇ ਹੋਣ ਕਿ ਸਾਡਾ ਪੰਜਾਬ ਗੁਰਾਂ ਦੇ ਨਾਂ ਦੇ ਉੱਪਰ ਹੀ ਵੱਸਦਾ ਹੈਗਾ ਔਰ ਅਸੀਂ ਆਪਣਾ ਹਰ ਕੰਮ ਗੁਰੂ ਨੂੰ ਵਿਚਾਲੇ ਰੱਖ ਕੇ ਹੀ ਕਰਦੇ ਆ ਅਖੀਰ ਦੇ ਵਿੱਚ ਜਾਂਦੇ ਜਾਂਦੇ ਇੰਦਰਜੀਤ ਨਿੱਕੂ ਸਾਡਾ ਛੋਟਾ ਵੱਡਾ ਭਰਾ ਹੈਗਾ ਜੋ ਵੀ ਹੈ ਬੇਨਤੀ ਕਰਨੀ ਚਾਹੁੰਦੇ ਆ ਕਿ ਆਕਾਲ ਪੁਰਖ ਵਾਹਿਗੁਰੂ ਜੀ ਅੱਜ ਜੇ ਉਹ ਕਿਸੇ ਬਾਬੇ ਦੇ ਕੋਲ ਜੇ ਡੋਲ ਗਿਆ ਹੈਗਾ ਤੇ ਕਿਰਪਾ ਕਰਿਓ ਪਾਤਸ਼ਾਹ ਜੀ ਬੰਦਾ ਡੋਲ ਹੀ ਜਾਂਦਾ ਹੈਗਾ ਤੁਸੀਂ ਕਿਰਪਾ ਕਰ ਦਿਓ ਤੁਸੀਂ ਉਹਦੀ ਉਂਗਲ ਫੜ ਲਓ ਤੁਸੀਂ ਉਹਦੀ ਬਾਹ ਫੜ ਕੇ ਉਹਦੇ ਕੋਲੋਂ ਕੋਈ ਚੰਗੀ ਗਾਇਕੀ ਜਿਹੜੀ ਹੈਗੀ ਆ ਉਹ ਕਰਵਾ ਲਓ ਕਿਉਂਕਿ ਮੈਨੂੰ ਪਤਾ ਅੱਜ ਵੀ ਉਹਦੇ ਕੋਲ ਗਾਇਕੀ ਦਾ ਗੁਣ ਹੈਗਾ ਕਿਉਂਕਿ ਬਾਬੇ ਦੇ ਕੋਲ ਬਹਿ ਕੇ ਉਹਨੇ ਦੋ ਲਾਈਨਾਂ ਬੋਲੀਆਂ ਸੀਗੀਆਂ ਦੋ ਲਾਈਨਾਂ ਬੋਲੀਆਂ ਸੀਗੀਆਂ ਜਿਹਦੇ ਕੁਝ ਬੋਲ ਅਸੀਂ ਦੰਦੇ ਸੀਗੇ ਕਿ ਤੇਰੀ ਨજર ਸਵੱਲੀ ਹੋ ਜਾਵੇ ਸੋ ਮੈਨੂੰ ਲੱਗਾ ਕਿ ਉਹਦੀ ਆਵਾਜ਼ ਦੇ ਵਿੱਚ ਅੱਜ ਵੀ ਕشش ਹੈਗੀ ਆ ਔਰ ਉਹ ਜਿਹੜੀ ਆਵਾਜ਼ ਵਾ ਜੇ ਉਹ ਆਵਾਜ਼ ਕੁਝ ਐਦਾਂ ਦਾ ਗਾਜਵੇ ਜਿਹੜੀ ਪੰਜਾਬ ਦੇ ਖਾਤੇ ਵਿੱਚ ਭੁਗ ਸਕਦੀ ਹੋਵੇ ਜਿਹੜੀ ਖਾਲਸਾ ਪੰਥ ਦੇ ਖਾਤੇ ਵਿੱਚ ਭੁਗ ਸਕਦੀ ਹੋਵੇ ਜਿਹੜੀ ਇਨਸਾਨੀਅਤ ਦੇ ਖਾਤੇ ਵਿੱਚ ਭੁਗ ਸਕਦੀ ਹੋਵੇ ਜਿਹੜੀ ਜ਼ਾਲਮ ਹਕੂਮਤਾਂ ਦੇ ਖਿਲਾਫ ਔਰ ਮਜ਼ਲੂਮਾਂ ਦੇ ਹੱਕ ਦੇ ਵਿੱਚ ਭੁਗ ਸਕਦੀ ਹੋਵੇ ਤਾਂ ਪਾਤਸ਼ਾਹ ਜੀ ਬੇਨਤੀ ਕਰਦਾ ਕਿ ਤੁਹਾਡੇ ਅਗੇ ਅਰਦਾਸ ਕਰਦਾ ਕਿ ਇਦਾਂ ਦੀ ਮੱਤ ਬੁੱਧ ਸੁਮਤ ਬਖਸ਼ਿਓ ਇਦਾਂ ਦੀ ਹਿੰਮਤ ਬਖਸ਼ਿਓ ਇੰਦਰਜੀਤ ਨਿਕੋਨੂ ਕਿ ਉਹ ਕੁਛ ਇਦਾਂ ਦਾ ਗਾਵੇ ਤੇ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਹੋਏ ਜ਼ਰੂਰ ਇੱਕ ਵਾਰ ਫਿਰ ਇੰਦਰਜੀਤ ਨਿਕੋਨੂ ਆਪਣੇ ਸਿਰ ਦੇ ਉੱਪਰ ਚੁੱਕ ਲੈਣਗੇ ਪਰ ਜੇ ਉਹ ਸਿੱਧੇ ਰਾਹੇ ਨੂੰ ਹੋ ਜਾਊਗਾ ਤਾਂ ਅਖੀਰ ਦੇ ਵਿੱਚ ਗੱਲ ਸਮਾਪਤ ਕਰਦਾ ਆਓ ਸਾਰੇ ਜਿਹੜੇ ਮਿਲ ਜੁੜ ਕੇ ਹਮਲਾ ਮਾਰੀਏ ਆਪਣੇ ਆਸ-ਪਾਸੇ ਇਦਾਂ ਦਾ ਵਾਤਾਵਰਣ ਸਿਰਜਣ ਦਾ ਯਤਨ ਕਰੀਏ ਜਿਸ ਵਾਤਾਵਰਣ ਦੇ ਵਿੱਚ ਵਿਚਰਨ ਵਾਲੇ ਕਹਿ ਸਕਣ ਕਿ ਅਸੀਂ ਸਾਰੇ ਜਣੇ ਆਪਣੇ ਸਾਰੇ ਕਾਰਜ ਗੁਰੂ ਨੂੰ ਵਿਚਾਲੇ ਰੱਖ ਕੇ ਹੀ ਕਰ ਰਹੇ ਹਾਂ ਧੰਨਵਾਦ